ਅਸਲਾਮ ਵਾਲੇਕਮ ਜਨਾਬ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਮੈਂ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ। ਲਓ ਜਨਾਬ, ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਏ। ਅੱਜ ਅਸੀਂ ਜਾ ਰਹੇ ਹਾਂ ਪੰਜਾਬੀ ਦੇ ਬਹੁਤ ਹੀ ਜ਼ਬਰਦਸਤ ਇੱਕ ਫਿਲਾਸਫਰ, ਕਹਿ ਲਵੋ ਜਾਂ ਤੁਸੀਂ ਉਹਨੂੰ ਸ਼ਾਇਰ ਕਹਿ ਲਓ, ਅਤੇ ਨਹੀਂ ਹੈ ਤਾਂ ਕਾਮੇਡੀਅਨ ਕਹਿ ਲਓ, ਕੁਛ ਵੀ ਕਹਿ ਲਓ, ਉਹਦੀ ਤਾਰੀਫ ਜਿੰਨੀ ਕਰੋਗੇ ਨਾ ਉਨੀ ਘੱਟ ਆ। ਅਸੀਂ ਆਪਣੇ ਬਹੁਤ ਹੀ ਇੱਕ ਪਿਆਰੇ ਦੋਸਤ ਅੰਜਮ ਸਰੋਇਆ ਕੋਲ ਜਾ ਰਹੇ ਹਾਂ। ਸੁਬਹਾ ਸੁਬਹਾ ਦਾ ਟਾਈਮ ਹੈ, ਇੱਧਰ ਰੋਡ ਹੈ ਅਤੇ ਇੱਧਰ ਅਸੀਂ ਹਾਂ। ਇਹ ਮਾਮਲਾ ਸਾਡੇ ਨਾਲ ਕੀ ਹੋਇਆ ਕਿ ਵਾਲਟ ਜਿਹੜਾ ਨਾ ਪੈਸਿਆਂ ਵਾਲਾ, ਉਹ ਮੈਂ ਘਰ ਹੀ ਭੁੱਲ ਗਿਆ। ਉਹ ਨਿੱਕੇ ਭਾਈ ਨੂੰ ਭੇਜਿਆ, ਮੈਂ ਜਾ ਵਾਪਸ ਲੈ ਕੇ ਆ। ਉਹ ਹੁਣ ਲੈ ਕੇ ਆਉਂਦਾ ਅਤੇ ਇੱਥੋਂ ਅਸੀਂ ਗਾਂਹ ਦਾ ਸਫ਼ਰ ਸ਼ੁਰੂ ਕਰਦੇ ਹਾਂ। ਅਤੇ ਮੈਂ ਵੀ ਸੋਚਿਆ ਕਿ ਦਵਾ ਦਵ ਨਾ ਤੁਹਾਡੇ ਨਾਲ ਇੰਨੀ ਕੁ ਵੀਡੀਓ ਬਣਾ ਕੇ ਸ਼ੇਅਰ ਕਰ ਦਈਏ। ਸੁਬਹਾ ਸੁਬਹਾ ਦਾ ਟਾਈਮ ਹੈ, ਤੁਸੀਂ ਤਾਂ ਮੈਨੂੰ ਸਾਰੇ ਜਾਣਦੇ ਹੋ ਕਿ ਮੈਂ ਮੁਨੀਰ ਗੁੱਜਰ, ਅਤੇ ਨਾਲ ਆ ਮੇਰੇ ਗੁਲਜ਼ਮਾਨ ਗੁੱਜਰ, ਮੇਰਾ ਮਾਮੇ ਦਾ ਮੁੰਡਾ ਜੇ। ਉਸ ਤੋਂ ਬਾਅਦ ਅਸੀਂ ਇੱਥੋਂ ਫਰੂਕਾਬਾਦ ਤੋਂ ਬੁਖਾਰੀ ਟਰੈਵਲ 'ਤੇ ਜਾਵਾਂਗੇ। ਬੁਖਾਰੀ ਟਰੈਵਲ ਤੋਂ ਅਸੀਂ ਸੀਟਾਂ ਬੁੱਕ ਕੀਤੀਆਂ ਨੇ ਏਸੀ ਕੋਚ ਦੀਆਂ। ਉਹਨੇ 7 ਵਜੇ ਇੱਥੋਂ ਨਿਕਲਣਾ ਹੈ, ਤਕਰੀਬਨ 15 ਮਿੰਟ ਰਹਿ ਗਏ ਨੇ, ਲੇਟ ਅਸੀਂ ਆਲਰੇਡੀ ਹਾਂ, ਅਤੇ ਇੱਥੋਂ ਜਲਦੀ ਜਲਦੀ ਨਿਕਲਦੇ ਹਾਂ। ਹਾਜੀ ਸਾਹਿਬ, ਹਾਜੀ ਸਾਹਿਬ, ਹਾਜੀ ਸਾਹਿਬ ਟਾਈਮੋ ਟਾਈਮ ਆ ਗਏ ਨੇ। ਚਲੋ ਹਾਜੀ ਸਾਹਿਬ, ਹੁਣ ਉਹ ਕੱਢੋ ਨਾ, ਇਹ ਵੀ ਦਿਓ ਨਾ, ਜਿਹੜੀ ਅਹਿਮ ਸ਼ਾਇ ਸੀ ਸਾਡੀ। ਚਲੋ ਰਸਗੁੱਲੇ, ਬਰਫੀ, ਗੁਲਾਬ ਜਾਮੁਨ, ਬਰਫੀ ਦੇ ਕਲਾਕਾਂ ਯਾਰ, ਥੋੜੇ ਥੋੜੇ ਮਿਠਾਈ, ਥੋੜੇ ਚੈੱਕ ਕਰੋ ਆ ਕਲਾਕਾਂ ਦੇ ਸਵਾਦੀ ਕੰਮ ਚੈੱਕ ਕਰੋ। ਬਰਫੀ ਬਰਫੀ, ਰਸਗੁੱਲੇ ਤੇ ਗੁਲਾਬ ਜਾਮੁਨ, ਬਸ 2 ਕਿਲੋ ਕਰ ਦਿਓ। ਅਲਹਮਦੁਲਿਲਾ, ਤਕਰੀਬਨ ਸਾਨੂੰ ਪੂਰੇ 3 ਘੰਟੇ ਲੱਗ ਗਏ ਨੇ, ਕੋਈ 5 ਮਿੰਟ ਘੱਟ ਲਾ ਲਓ। ਅੱਛਾ, ਇੱਕ ਫਾਇਦਾ ਹੈ ਜੀ, ਏਸੀ ਟਾਈਮ ਆਇਆ ਜੀ, ਤਾਂ ਟੈਮੋ ਟਾਈਮ ਆਇਆ ਹਾਂ। 3 ਘੰਟੇ ਲੱਗੇ ਨੇ ਤਾਂ ਸਕੂਨ ਨਾਲ ਬਹਿ ਕੇ ਆ ਗਏ। ਲਓ ਜੀ, ਪੂਰੇ 3 ਘੰਟਿਆਂ ਦੇ ਵਿੱਚ ਅਸੀਂ ਪਹੁੰਚ ਗਏ ਆਰਾਮ ਸ਼ਾਹ, ਅਤੇ ਇਸ ਤੋਂ ਅੱਗੇ ਅਸੀਂ ਜਾਂਦੇ ਹਾਂ ਅੰਜਮ ਸਰੋਏ ਦੇ ਡੇਰੇ 'ਤੇ। ਅਸੀਂ ਇਸ ਟਾਈਮ ਖਲੋਤੇ ਹਾਂ ਚੌਕ ਆਰਾਮ ਸ਼ਾਹ, ਤੁਸੀਂ ਪਿੱਛੇ ਵੇਖ ਸਕਦੇ ਹੋ, ਅਤੇ ਇੱਥੋਂ ਤਕਰੀਬਨ ਅੰਜਮ ਸਰੋਏ ਦਾ ਡੇਰਾ 5 ਮਿੰਟ 'ਚ ਅਸੀਂ ਪੈਦਲ ਜਾ ਸਕਦੇ ਹਾਂ। ਮੈਂ ਕਿਸੇ ਰਿਕਸ਼ੇ 'ਤੇ ਜਾਂਦੇ ਹਾਂ, ਰਿਕਸ਼ੇ ਦੇ ਨਾਲ ਗੱਲ ਕਰਦੇ ਹਾਂ, ਇਹ ਕੀ ਕਹਿੰਦਾ ਤੂੰ ਕਿੱਥੇ ਜਾਣਾ? ਅਸੀਂ ਉਹ ਸਾਹਮਣੇ ਡੇਰ 'ਤੇ ਜਾਣਾ ਹੈ, ਅੰਜਮ ਦੇ ਡੇਰੇ 'ਤੇ। ਹਾਂ, ਕਿੰਨੇ ਦੇਗਾ? 100 ਰੁਪਿਆ, ਪੱਕੀ ਗੱਲ ਹੈ? ਚੱਲ ਆ ਜਾ। ਕਿਹੜਾ ਰਿਕਸ਼ਾ? ਤੂੰ ਬਿਲਕੁਲ ਹੀ ਲੱਗ ਗਿਆ ਸੀ,
ਆ ਬੋਰਡ ਨੂੰ ਤੇ ਸਾਰੇ ਜਾਣਦੇ ਹੁਣ 16 ਤਰੀਕ ਆ ਗਈ ਆ। ਸਲਾਮ ਅਲੈਕੁਮ ਤਾਏ ਜੀ, ਕੀ ਹਾਲ ਹੈ? ਠੀਕ ਠਾਕ। ਸਲਾਮ ਅਲੈਕੁਮ ਭਾਈ, ਕੀ ਹਾਲ ਹੈ ਜੀ? ਠੀਕ। ਹੋਰ ਤਾਏ ਜੀ, ਕੀ ਹਾਲ ਚਾਲ ਹੈ? ਸਿਹਤਾਂ ਤਬੀਤਾਂ ਠੀਕ ਹੈ? ਕਿੱਥੇ ਦੇ ਭਾਈ ਸਾਡਾ, ਕਿੱਧਰ ਨਿਕਲਿਆ ਤਾਂ ਨਹੀਂ? ਚਲੋ ਸੌਣ ਦਾ, ਅਸੀਂ ਟਾਈਮ ਲੈ ਕੇ ਸਪੈਸ਼ਲ ਆਏ ਹਾਂ। ਹਾਂਜੀ, ਅੱਜ ਗਰਮੀ ਵੀ ਇੰਨੀ, ਅੱਜ 16 ਤਰੀਕ ਦੇ ਵਿੱਚ ਖਲੋ ਕੇ ਵੀ ਹਵਾ ਨਹੀਂ ਲੱਗਣ ਦੀ ਹੈ। ਵੈਸੇ ਦਰੀਆਂ ਦੇ ਸਾਰੇ ਪਾਸੇ ਹੀ ਹੈ ਇਹਦੀ, ਹੈਨਾ? ਵਾਹ ਭਾਈ ਦਾ, ਸੁਰੈ ਸਾਹਿਬ ਦਾ, ਜਿਹੜੇ ਇਹਨਾਂ ਨੇ ਡੰਗਰ ਡੁੰਗਰ ਰੱਖੇ ਨੇ ਆਪਣੇ, ਮਾਸ਼ਾਅੱਲਾ। ਸਲਾਮ ਅਲੈਕੁਮ ਭਾਈ ਜੀ, ਕੀ ਹਾਲ ਹੈ? ਕੀ ਹਾਲ ਚਾਲ? ਵਧੀਆ, ਤੁਸੀਂ ਸੁਣਾਓ ਕਿਵੇਂ ਸਿਹਤਾਂ ਤਬੀਤਾਂ? ਹੋਰ ਬਾਜੀ ਸੁਣਾਓ, ਸਭ ਖਰੀਦ ਹੈ? ਕੀ ਗੱਲ, ਖੰਘ ਲੱਗੀ?